ਹੋਰ ਜ਼ੋਰ ਅਲਫਾਜ਼ ਨਾਲ ਮਜ਼ਮਤ ਕਰਦਾ ਜਿਹੜੇ ਸਾਡੇ ਸਿੱਖ ਭਰਾਵਾਂ ਦੇ ਨਾਲ ਜਿਹੜਾ ਜ਼ੁਲਮ ਕੀਤਾ ਗਿਆ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ। ਉਹ ਦਫ਼ਾ ਕਰੋ ਇਸ ਇਹੋ ਜਿਹੀ ਨੌਕਰੀ ਨੂੰ ਜਿਹੜੀ ਨੌਕਰੀ ਤੁਹਾਨੂੰ ਤੁਹਾਡੇ ਮਜ਼ਹਬ ਦੇ ਖਿਲਾਫ਼ ਕਰਦੀ ਹੈ। ਉਹਦਾ ਭਰਪੂਰ ਤਰੀਕੇ ਦੇ ਨਾਲ ਉਹਦਾ ਜਵਾਬ ਦਿਓ ਇਕੱਠੇ ਹੋ ਕੇ। ਬੇਅਦਬੀ ਮਾਮਲਿਆਂ ਤੋਂ ਬਾਅਦ ਬਰਗਾੜੀ ਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਜਿੱਥੇ ਪੰਜਾਬ ਦੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਮੁਸਲਿਮ ਭਾਈਚਾਰੇ ਦੇ ਲੋਕ ਵੀ ਇਸ ਕਾਂਡ ਦੀ ਨਿੰਦਾ ਕਰ ਰਹੇ ਨੇ। ਪਿਛਲੇ ਦਿਨੀ ਜਿੱਥੇ ਬਰਗਾੜੀ ਮੋਰਚਾ 'ਚ ਮੁਸਲਿਮ ਭਾਈਚਾਰੇ ਵੱਲੋਂ ਵੀ ਵੱਡੀ ਤਾਦਾਦ 'ਚ ਹਾਜ਼ਰੀ ਲਵਾਈ ਗਈ ਸੀ, ਉੱਥੇ ਹੀ ਹੁਣ ਪਾਕਿਸਤਾਨ ਦਾ ਇੱਕ ਪੁਲਿਸ ਮੁਲਾਜ਼ਮ ਪੰਜਾਬ ਪੁਲਿਸ ਨੂੰ ਇੱਕ ਸੰਦੇਸ਼ ਦੇ ਰਿਹਾ ਹੈ। ਸੁਣੋ ਤੁਸੀਂ ਕੀ ਕਹਿਣਾ ਹੈ ਇਸ ਪਾਕਿਸਤਾਨ ਦੇ ਪੁਲਿਸ ਮੁਲਾਜ਼ਮ ਦਾ। ਮੇਰਾ ਨਾਮ ਨਾਸਰ ਜਲੋਂ ਤੇ ਮੈਂ ਪੰਜਵਲ ਪਿੰਡ ਜ਼ਿਲ੍ਹਾ ਫੈਸਲਾਬਾਦ ਪਾਕਿਸਤਾਨ ਰਹਿੰਦਾ ਤੇ ਮੈਂ ਪੁਰ ਜ਼ੋਰ ਅਲਫਾਜ਼ ਨਾਲ ਮਜ਼ਮਤ ਕਰਦਾ ਜਿਹੜੇ ਸਾਡੇ ਸਿੱਖ ਭਰਾਵਾਂ ਦੇ ਨਾਲ ਜਿਹੜਾ ਜ਼ੁਲਮ ਕੀਤਾ ਗਿਆ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ। ਮੈਂ ਆਪਣੇ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ ਪਾਕਿਸਤਾਨ ਪੰਜਾਬ 'ਚ ਜਿਹੜੇ ਰਹਿਣ ਵਾਲੇ ਵਸਣ ਵਾਲੇ ਪੰਜਾਬੀ ਨੇ ਉਹ ਆਪਣੇ ਪੰਜਾਬੀਆਂ ਦਾ ਦੁੱਖ ਉਸ ਤਰ੍ਹਾਂ ਮਹਿਸੂਸ ਕਰਦੇ ਨੇ ਜਿਵੇਂ ਕਿ ਸਾਡੇ ਇੱਥੇ ਕੋਈ ਇਸ ਤਰ੍ਹਾਂ ਦਾ ਮਸਲਾ ਹੋਵੇ। ਅਸੀਂ ਆਪਣੇ ਪੰਜਾਬੀ ਭਰਾ ਸਿੱਖਾਂ ਨੂੰ ਪੂਰੀ ਤਰ੍ਹਾਂ ਸਪੋਰਟ ਕਰਦੇ ਹਾਂ ਤੇ ਇੱਕ ਗੱਲ ਮੈਂ ਦੱਸਣਾ ਚਾਹੁੰਦਾ ਕਿ ਮੈਂ ਇੱਕ ਪੰਜਾਬ ਪੁਲਿਸ ਦਾ ਹਿੱਸਾ ਤੇ ਮੈਂ ਆਪਣੇ ਜਿਹੜੇ ਮੇਰੇ ਪੁਲਿਸ ਵਾਲੇ ਭਰਾ ਨੇ ਪੰਜਾਬ ਦੇ ਸਿੱਖ ਭਰਾ ਜਿਹੜੇ ਨੌਕਰੀ ਕਰਦੇ ਨੇ ਮੈਂ ਉਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਅਸੀਂ ਨੌਕਰੀ ਕਰਦੇ ਹਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਨੌਕਰੀ ਕਰੀਏ ਤੇ ਆਪਣੇ ਜ਼ਮੀਰ ਨੂੰ ਮਾਰ ਦਈਏ। ਆਪਣਾ ਜ਼ਮੀਰ ਜਗਾਓ, ਉਹ ਤੁਸੀਂ ਨੌਕਰੀ ਕਰਦੇ ਜੇ ਤੇ ਨੌਕਰੀ ਕੀ ਚੀਜ਼ ਹੈ ਯਾਰ ਤੁਹਾਡੇ ਮਜ਼ਹਬ ਦੇ ਅੱਗੇ। ਉਹ ਦਫ਼ਾ ਕਰੋ ਇਸ ਇਹੋ ਜਿਹੀ ਨੌਕਰੀ ਨੂੰ ਜਿਹੜੀ ਨੌਕਰੀ ਤੁਹਾਨੂੰ ਤੁਹਾਡੇ ਮਜ਼ਹਬ ਦੇ ਖਿਲਾਫ਼ ਕਰਦੀ ਹੈ। ਮੈਂ ਆਪਣੇ ਇਹਨਾਂ ਵੀਰਾਂ ਭਰਾਵਾਂ ਨੂੰ ਜਿਹੜੇ ਸਿੱਖ ਭਰਾ ਮੇਰੇ ਪੰਜਾਬ ਪੁਲਿਸ ਦਾ ਹਿੱਸਾ ਨੇ ਪੰਜਾਬ ਇੰਡੀਆ ਪੰਜਾਬ 'ਚ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇੱਕ ਤੁਸੀਂ ਸਾਰੇ ਇਕੱਠੇ ਹੋ ਕੇ ਜਿਸ ਤਰ੍ਹਾਂ ਕਿ ਤੁਸੀਂ ਜ਼ੁਲਮ ਕੀਤਾ ਹੈ ਸਿੱਖ ਭਰਾਵਾਂ ਨਾਲ ਆਪਣੇ ਭਰਾਵਾਂ ਨਾਲ ਆਪਣੇ ਘਰ 'ਚ ਤੁਸੀਂ ਜ਼ੁਲਮ ਕੀਤਾ, ਉਹ ਤੁਹਾਨੂੰ ਨਹੀਂ ਸੀ ਕਰਨਾ ਚਾਹੀਦਾ। ਤੁਹਾਨੂੰ ਹੁਣ ਵੀ ਤੁਹਾਡਾ ਹੱਕ ਬਣਦਾ ਹੈ ਕਿ ਤੁਸੀਂ ਸਾਰੇ ਇਕੱਠੇ ਹੋ ਜਾਓ ਤੇ ਇਸ ਜਿਹੜੀ ਇਹ ਘਟਨਾ ਹੋਈ ਜਿਹੜੇ ਬੇਅਦਬੀ ਕੀਤੀ ਗਈ ਆ ਉਹਦਾ ਭਰਪੂਰ ਤਰੀਕੇ ਦੇ ਨਾਲ ਉਹਦਾ ਜਵਾਬ ਦਿਓ ਇਕੱਠੇ ਹੋ ਕੇ ਸਿਵਿਲੀਅਨ ਦੇ ਨਾਲ, ਉਹ ਆਪਣੇ ਸਿੱਖ ਭਰਾਵਾਂ ਦੇ ਨਾਲ। ਉਹ ਨੌਕਰੀ ਕੀ ਚੀਜ਼ ਹੈ ਯਾਰ ਜਿਹੜੀ ਉੱਤੋਂ ਲਿਖੀ ਗਈ ਆ ਰੱਬ ਅੱਲਾਹ ਪਾਕ ਨੇ ਵਾਹਿਗੁਰੂ ਨੇ ਜਿਹੜੀ ਲਿਖ ਦਿੱਤੀ ਆ ਤੁਹਾਡੇ ਮੁਕੱਦਰ ਦੇ ਵਿੱਚ ਰੋਜ਼ੀ ਉਹ ਤੁਹਾਨੂੰ ਲੱਭਣੀ ਆ। ਤੁਸੀਂ ਭੁੱਖੇ ਨਹੀਂ ਮਰਦੇ ਕਿ ਨੌਕਰੀ ਛੱਡੋਗੇ ਤੁਸੀਂ ਭੁੱਖੇ ਮਰ ਜਾਓਗੇ। ਇੱਕ ਗੱਲ ਮੈਂ ਦੱਸਣਾ ਚਾਹੁੰਦਾ ਵਾ ਉਹਨਾਂ ਵਿਕਟਮ ਨੂੰ ਜਿਹਨਾਂ ਦੇ ਸਾਡੇ ਸਿੱਖ ਭਰਾ ਸ਼ਹੀਦ ਹੋ ਗਏ ਜਿਹੜੇ ਜ਼ਖਮੀ ਹੋ ਗਏ, ਇੱਕੋ ਗੱਲ ਹੈ ਉਹਨਾਂ ਦੇ ਵਾਸਤੇ, ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਜਿੰਨੀ ਦੇਰ ਤੱਕ ਲਹੂ ਨਹੀਂ ਡੁੱਲੇਗਾ ਸਾਡੀ ਤਕਦੀਰ ਨਹੀਂ ਬਦਲੀ ਜਾਏਗੀ। ਬਹੁਤ ਸ਼ੁਕਰੀਆ, ਰੱਬ ਰਾਖਾ ਸਾਡੇ। ਮੈਂ ਸਾਰੇ ਸਿੱਖ ਭਰਾਵਾਂ ਨੂੰ ਇਸ ਵੀਡੀਓ ਦੇ ਥਰੂ ਦੱਸਣਾ ਚਾਹੁੰਦਾ, ਮੈਨੂੰ ਕੋਈ ਜ਼ਰੂਰਤ ਨਹੀਂ ਪਬਲਿਸਿਟੀ ਦੀ, ਕੋਈ ਮੈਂ ਇੰਤਸ਼ਾਰ ਨਹੀਂ ਫੈਲਾਉਣਾ ਚਾਹੁੰਦਾ ਆਪਣੇ ਉਸ ਪੰਜਾਬ ਦੇ ਵਿੱਚ। ਸਾਡਾ ਵੀ ਉਹ ਘਰ ਆ, ਸਾਬਕਾ ਘਰ ਆ, ਅਸੀਂ ਉੱਥੋਂ ਉੱਠ ਕੇ ਇੱਥੇ ਆਏ ਆ। ਕੋਈ ਐਸੀ ਇਸ ਵੀਡੀਓ ਨੂੰ ਨਾ ਲਿਆ ਜਾਵੇ ਕਿ ਮੈਂ ਇੰਤਸ਼ਾਰ ਫੈਲਾਉਣਾ ਚਾਹੁੰਦਾ ਵਾਂ। ਬਸ ਮੈਂ ਆਪਣੇ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਇਹਨਾਂ ਦੇ ਨਾਲ ਭਰਪੂਰ ਤਰੀਕੇ ਦੇ ਨਾਲ ਸਾਡੀ ਜਿੰਨੀ ਹੈਲਪ ਹੋ ਸਕੇ ਅਸੀਂ ਉਹਨਾਂ ਕਰਨ ਨੂੰ ਤਿਆਰ ਹਾਂ, ਹੈਲਪ ਕੀ ਅਸੀਂ ਇਹੀ ਸਪੋਰਟ ਕਰ ਸਕਦੇ ਹਾਂ ਆਪਣੇ ਸਿੱਖ ਭਰਾਵਾਂ ਨੂੰ। ਰੱਬ ਰੱਖਾ। ਬਿਲਕੁਲ, ਇਸ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਬਰਗਾੜੀ ਤੇ ਬਹਿਬਲ ਕਲਾਂ 'ਚ ਆਪਣੇ ਹੀ ਸਿੱਖ ਭਰਾਵਾਂ ਤੇ ਗੋਲੀਆਂ ਚਲਾਈਆਂ, ਇਹ ਕੰਮ ਉਹਨਾਂ ਨੇ ਆਪਣੀ ਜ਼ਮੀਰ ਮਾਰ ਕੇ ਕੀਤਾ ਹੈ ਤੇ ਉਹਨਾਂ ਨੂੰ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀ, ਸਗੋਂ ਇੱਕਜੁੱਟ ਹੋ ਕੇ ਬੇਅਦਬੀ ਕਰਨ ਵਾਲਿਆਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬ।